ਕੇਡੀਵੀ ਦੇ ਨਿਊਜ਼ ਟੌਪ ਲੜਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਨਜ਼ਰ ਪਾਉਂਦੇ ਹਾਂ ਦੇਸ਼ ਦੁਨੀਆ ਦੀਆਂ ਕੁਝ ਵੱਡੀਆਂ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਦੁਸਹਿਰਾ ਦਿੱਲੀ ਦੇ ਲਾਲ ਕਿਲ੍ਹਾ ਮੈਦਾਨ 'ਚ ਮਨਾਉਣਗੇ। 2014 ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਉਹ ਵਿਜੇ ਦਸ਼ਮੀ ਦਿੱਲੀ 'ਚ ਮਨਾਉਣਗੇ। 2016 'ਚ ਉਹਨਾਂ ਨੇ ਦੁਸਹਿਰਾ ਲਖਨਊ 'ਚ ਮਨਾਇਆ ਸੀ ਅਤੇ 2015 'ਚ ਉਹਨਾਂ ਨੇ ਦੁਸਹਿਰੇ ਦੇ ਇੱਕ ਦਿਨ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਅਮਰਾਵਤੀ ਦੀ ਨੀਂਹ ਰੱਖੀ ਸੀ। ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਆਪਣਾ ਪਹਿਲਾ ਦੁਸਹਿਰਾ ਵੀ ਦਿੱਲੀ 'ਚ ਹੀ ਮਨਾਉਣਗੇ। ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰਾਜਦਾਰ ਅਤੇ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਬੀਕਾਨੇਰ ਜ਼ਿਲ੍ਹੇ 'ਚ 2 ਦਿਨਾਂ ਤੋਂ ਪੰਚਕੂਲਾ ਦੇ ਸੈਕਟਰ 3 ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਅਜੇ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਕਸ਼ਮੀਰ ਘਾਟੀ ਦੇ ਵੱਖ ਵੱਖ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਜ਼ੁੰਮੇ ਦੀ ਨਵਾਜ਼ ਮਗਰੋਂ ਵਿਖਾਵਾਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ, ਜਿਨ੍ਹਾਂ ਵਿੱਚ ਕਈ ਵਿਅਕਤੀ ਅਤੇ ਜਵਾਨ ਜ਼ਖਮੀ ਹੋ ਗਏ। ਸ਼੍ਰੀਨਗਰ ਦੇ ਡਾਊਨਟਾਊਨ ਇਲਾਕੇ ਨੋਟਾ 'ਚ ਸਥਿਤ ਇਤਿਹਾਸਿਕ ਜਾਮਿਆ ਮਸਜਿਦ 'ਤੇ ਜੁੰਮੇ ਦੀ ਨਮਾਜ਼ ਮਗਰੋਂ ਲੋਕ ਸੜਕਾਂ 'ਤੇ ਉਤਰ ਆਏ ਅਤੇ ਨਾਗਰਿਕ ਹੱਤਿਆਵਾਂ ਵਿਰੋਧ ਰੋਸ ਦਿਖਾਵਾ ਕੀਤਾ। ਮੁੰਬਈ ਦੇ ਐਲਫਿੰਸਟਨ ਰੇਲਵੇ ਪੁਲ 'ਤੇ ਹੋਏ ਹਾਦਸੇ ਤੋਂ ਬਾਅਦ ਰੇਲ ਮੰਤਰਾਲਾ ਹਰਕਤ 'ਚ ਆ ਗਿਆ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਰੇਲ ਅਧਿਕਾਰੀਆਂ ਨਾਲ ਐਮਰਜੈਂਸੀ ਬੈਠਕ ਕਰਨ ਦਾ ਫੈਸਲਾ ਲਿਆ। ਇਸ ਬੈਠਕ 'ਚ ਰੇਲ ਮੰਤਰੀ ਨੇ ਅਗਲੇ 7 ਦਿਨਾਂ 'ਚ ਸਾਰੇ ਅਰਬਨ ਰੇਲਵੇ ਸਟੇਸ਼ਨਾਂ ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਭੀੜ ਭੜੱਕੇ ਵਾਲੇ ਸਿਗਰਾ ਇਲਾਕੇ ਵਿੱਚ ਅੱਜ ਇਕੱਠੇ 3 ਲਾਵਾਰਿਸ ਅਟੈਚੀਆਂ ਵਿੱਚ ਬੰਬ ਮਿਲਣ ਦੀ ਅਫਵਾਹ ਨਾਲ ਹਫੜਾ ਦਫੜੀ ਮਚ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪ੍ਰਾਚੀਨ ਧਾਰਮਿਕ ਨਗਰੀ ਵਿੱਚ ਨਰਾਤਿਆਂ ਅਤੇ ਦੁਰਗਾ ਪੂਜਾ ਦੀ ਧੂਮ ਦੇ ਦਰਮਿਆਨ ਬੰਬ ਨਾਲ ਭਰੇ 3 ਅਟੈਚੀਆਂ ਦੇ ਮਿਲਣ ਦੀ ਸੂਚਨਾ ਨਾਲ ਪੁਲਿਸ ਦੇ ਹੱਥ ਪੈਰ ਫੁੱਲ ਗਏ। ਚਾਕੂਬਾਜ਼ੀ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਕੁੜਨੀ ਪੁਲਿਸ 'ਤੇ ਸ਼ੁੱਕਰਵਾਰ ਦੀ ਸ਼ਾਮ ਪਦਮੌਲ ਹਾਟ 'ਚ ਹਮਲਾ ਕਰ ਦਿੱਤਾ ਗਿਆ। ਲਾਠੀ ਡੰਡਿਆਂ ਨਾਲ ਲੈਸ ਦੋਸ਼ੀ ਧਿਰ ਦੇ ਲੋਕਾਂ ਨੇ ਪੁਲਿਸ ਨੂੰ ਭਜਾ ਵੀ ਦਿੱਤਾ। ਹਮਲਾਵਾਰਾਂ 'ਚ ਸ਼ਾਮਲ 1.5 ਦਰਜਨ ਤੋਂ ਜ਼ਿਆਦਾ ਮਹਿਲਾਵਾਂ ਨੇ ਪੁਲਿਸ ਜੀਪ 'ਤੇ ਕੈਰੋਸੀਨ ਪਾ ਕੇ ਅੱਗ ਵੀ ਲਗਾ ਦਿੱਤੀ। ਪੱਛਮੀ ਬੰਗਾਲ ਦੇ ਵਰਧਮਾਨ ਸ਼ਹਿਰ ਦੇ ਅਦਾਲਤੀ ਕੰਪਲੈਕਸ ਦੀ ਵਿੱਤੀ ਇਮਾਰਤ 'ਚੋਂ ਡਾਕ ਵਿਭਾਗ ਦੀ ਇੱਕ ਤਿਜੋਰੀ ਨੂੰ ਤੋੜ ਕੇ ਬਦਮਾਸ਼ਾਂ ਨੇ 1.2 ਕਰੋੜ ਰੁਪਏ ਲੁੱਟ ਲਏ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਬਾਰੇ ਅੱਜ ਸਵੇਰੇ ਲਗਭਗ 8:30 ਵਜੇ ਉਦੋਂ ਪਤਾ ਲੱਗਾ ਜਦੋਂ ਵਰਧਮਾਨ ਮੁੱਖ ਡਾਕਘਰ ਦੇ ਖਜ਼ਾਨਚੀ ਨਕਦੀ ਦੀ ਜਾਂਚ ਕਰਨ ਆਏ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਦੇ 5 ਰਾਜਾਂ ਵਿੱਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ, ਜਿਨ੍ਹਾਂ ਵਿੱਚ ਜਗਦੀਸ਼ ਮੁਖੀ ਅਸਮ, ਸੇਵਾ ਮੁਕਤ ਬ੍ਰਿਗੇਡੀਅਰ ਡਾਕਟਰ BD ਮਿਸ਼ਰਾ ਅਰੁਣਾਚਲ ਪ੍ਰਦੇਸ਼, ਸਤਿਆਪਾਲ ਮਲਿਕ ਬਿਹਾਰ, ਬਨਵਾਰੀ ਲਾਲ ਪੁਰੋਹਿਤ ਤਮਿਲਨਾਡੂ ਅਤੇ ਗੰਗਾ ਪ੍ਰਸਾਦ ਮੇਘਾਲਿਆ ਜ਼ਿਕਰਯੋਗ ਹਨ। ਇਸ ਤੋਂ ਇਲਾਵਾ ਕੇਂਦਰੀ ਸ਼ਾਸਿਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਲਈ ਸੇਵਾ ਮੁਕਤ ਐਡਮਿਰਲ ਦੇਵੇਂਦਰ ਕੁਮਾਰ ਜੋਸ਼ੀ ਨੂੰ ਉਪ ਰਾਜਪਾਲ ਨਿਯੁਕਤ ਕੀਤਾ ਗਿਆ। ਫੌਜ ਦੇ ਜੀ ਲਕਸ਼ਮਣਨ ਨੇ 57ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਪੁਰਸ਼ਾਂ ਦੀ 10,000 ਮੀਟਰ ਰੇਸ ਜਿੱਤਣ ਦੇ ਨਾਲ ਹੀ ਆਪਣਾ ਦੂਜਾ ਸੋਨ ਤਗਮਾ ਜਿੱਤਿਆ। 296 ਅੰਕਾਂ ਦੇ ਨਾਲ ਰੇਲਵੇ ਦੀ ਟੀਮ ਚੈਂਪੀਅਨਸ਼ਿਪ 'ਚ ਚੋਟੀ 'ਤੇ ਰਹੀ, ਜਦਕਿ 182 ਅੰਕਾਂ ਦੇ ਨਾਲ ਫੌਜ ਨੂੰ ਦੂਜਾ ਸਥਾਨ ਹਾਸਲ ਹੋਇਆ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਨੋਟਬੰਦੀ ਤੋਂ ਬਾਅਦ 3 ਲੱਖ ਕਰੋੜ ਰੁਪਏ ਦੇ ਜਿਨ੍ਹਾਂ ਡਿਪਾਜ਼ਿਟਸ ਬਾਰੇ ਤਸੱਲੀਬਖਸ਼ ਜਵਾਬ ਨਾ ਮਿਲਣ ਦਾ ਸ਼ੱਕ ਹੈ, ਉਹ ਉਸ 'ਤੇ ਟੈਕਸ ਵਸੂਲ ਕਰਨਗੇ। CBDT ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਹਾਲ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਆਮਦਨ ਕਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤਾ ਹੈ।